ਜ਼ਿੰਦਗੀ ਜ਼ਿੰਦਾਬਾਦ। ਆਪਣੀਆਂ ਮੈਂ ਬਾਤਾਂ ਪਾ ਕੇ ਕਰਨੀ ਥੋੜੀ ਗੱਲ ਕਲੀਅਰ, ਮੇਰੇ ਵੱਲੋਂ ਸਾਰਿਆਂ ਨੂੰ ਵੈਲਕਮ ਮਾਈ ਡੀਅਰ। ਪਾਣੀ ਨੂੰ ਮੇਰਾ ਔਕ ਕਰਕੇ ਹੱਥ ਵੀ ਜਾ ਰਿਹਾ, ਨਾਲ ਦੇ ਨਾਲੇ ਕਲਾਸ ਫੈਲੋ ਪਿੱਛੇ ਖੜੀ, ਚੱਕੀਏ ਜਾਂ ਹੱਥ ਨਹੀਂ ਜਾਂਦਾ। ਜੇ ਮੈਂ ਛੋਟਾ ਤੂੰ ਤਾਂ ਲੰਬਾ। ਤੁਹਾਡਾ ਕੋਈ ਇਸ ਤਰ੍ਹਾਂ ਮਜ਼ਾਕ ਉਡਾਉਂਦਾ ਤਾਂ ਆਪਣੀ ਅਕਲ ਦਾ ਸਬੂਤ ਦੇ ਰਿਹਾ, ਉਹ ਆਪਣਾ ਮਜ਼ਾਕ ਆਪ ਉਡਾ ਰਿਹਾ, ਉਹਦੀ ਪਰਵਾਹ ਨਾ ਕਰੋ। ਕਹਿੰਦਾ ਜੀਪ ਚੋਂ ਨਿਕਲ ਕੇ ਸਿੱਧਾ ਸਾਡੀ ਰਸੋਈ ਦੇ ਵਿੱਚ ਵੜ ਗਿਆ, ਰਸੋਈ ਦਾ ਨਵਾਂ ਕੰਮ ਕਰਾਇਆ। ਕਹਿੰਦਾ 3.5 ਲੱਖ ਰੁਪਇਆ ਮੇਰੀ ਮਾਂ ਨੇ ਪਿਓ ਦੇ ਗਲ ਚ ਗੂਠਾ ਦੇ ਕੇ ਲਵਾਇਆ। ਸੋਲੋ ਸ਼ੋਅ ਲੇਕਿਨ ਸੋਲਡ ਆਊਟ ਸ਼ੋਅ। ਰਾਣਾ ਰਣਬੀਰ ਉਹਨਾਂ ਦੀ ਕਿਆ ਉਹਨਾਂ ਦੀ ਅਦਾਕਾਰੀ ਹੈ, ਔਰ ਜ਼ਿੰਦਗੀ ਦੇ ਜਿਹੜੇ ਕਰੀਬ ਦੇ ਪਹਿਲੂ ਹੁੰਦੇ ਨਾ, ਉਹਨਾਂ ਨੇ ਉਹਨਾਂ ਨੂੰ ਬੜਾ ਚੰਗੀ ਤਰ੍ਹਾਂ ਨਿਚੋੜਿਆ। ਕਦੇ ਆਪਣੇ ਆਪ ਨੂੰ ਸਵਾਲ ਕੀਤਾ ਕਿ ਮੈਂ ਕਿੰਨਾ ਸਹੀ ਹਾਂ, ਮੈਂ ਕੀ ਕਰਦਾ ਫਿਰਦਾ? ਇਟਸ ਰੀਅਲੀ ਵੈਰੀ ਹਾਰਡ ਜੀ, ਜਦੋਂ ਕਿਉਂਕਿ ਜੇ ਤੁਸੀਂ ਇੱਕ ਵੀ ਡਾਇਲੋਗ ਬੋਲਣਾ ਸਟੇਜ 'ਤੇ ਤਾਂ ਤੁਹਾਨੂੰ ਕਹਿ ਲਓ ਵੀ ਲੱਤਾਂ ਕੰਬਣ ਲੱਗ ਜਾਂਦੀਆਂ ਨੇ। ਪਰ ਜਿਹੜਾ ਇਹ ਸੋਲੋ ਪਲੇ ਹੁੰਦਾ, ਇਹਨਾਂ ਨੇ 2 ਘੰਟੇ ਅਲੱਗ ਅਲੱਗ ਤਰ੍ਹਾਂ ਦੇ ਕਰੈਕਟਰ ਨਿਭਾਉਣੇ ਆ, ਔਰ ਸਰੋਤਿਆਂ ਨੂੰ ਕੀਲ ਕੇ ਰੱਖਣਾ, ਕੋਈ ਵਿੱਚ ਬ੍ਰੇਕ ਨਹੀਂ ਹੈਗੀ। ਆਪਣੇ ਰਾਣਾ ਜੀ ਤਾਂ ਆਪ ਇੱਕ ਤਰ੍ਹਾਂ ਦੀ ਕਹਿ ਲਓ ਯੂਨੀਵਰਸਿਟੀ ਨੇ ਐਕਟਿੰਗ ਦੀ। ਕਿੰਨੇ ਸੋਹਣੇ ਹੋ ਤੁਸੀਂ, ਕੀ ਹਾਲ ਚਾਲ ਹੈ, ਉਰੇ ਆਓ ਤੁਸੀਂ। ਤੁਸੀਂ ਬਚਪਨ ਤੋਂ ਸੋਹਣੇ ਹੋ ਗਏ ਸੀ, ਹੋ ਗਏ ਅਚਾਨਕ? ਨਹੀਂ ਲੁਪਾ, ਇਹ ਕਹਿੰਦੇ ਮੈਨੂੰ ਪਤਾ ਨਹੀਂ। ਤੁਸੀਂ ਬਹੁਤ ਸੋਹਣੇ ਹੋ, ਤੁਹਾਡੀਆਂ ਅੱਖਾਂ ਬਹੁਤ ਸੋਹਣੀਆਂ, ਤੁਹਾਡੇ ਦੰਦ ਬਹੁਤ ਸੋਹਣੇ ਆ, ਇੱਕ ਵਾਰ ਤਾੜੀ ਮਾਰੋ ਇਹਨਾਂ ਦੇ ਲਈ। ਥੈਂਕ ਯੂ। ਜਿੱਦਾਂ ਪ੍ਰੈਜੈਂਟ ਕੀਤਾ ਸ਼ੋਅ ਨੂੰ, ਅਤੇ ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਸ਼ੁਰੂਆਤ ਕੀਤੀ ਹੈ ਸ਼ੋਅ ਦੀ, ਅਤੇ ਪਹਿਲਾਂ ਇੱਕ ਚੰਗਾ ਮੈਸੇਜ ਕ੍ਰੀਏਟ ਉਹਨਾਂ ਨੇ ਕੀਤਾ ਵਾ ਆਡੀਅੰਸ ਦੇ ਨਾਲ, ਕਿ ਕਿੱਦਾਂ ਆਪਾਂ ਆਪਣੇ ਆਪ ਨੂੰ ਇੰਗੇਜ ਕਰ ਸਕਦੇ ਹਾਂ। ਚੰਗਾ ਲਿਟਰੇਚਰ ਪੜ੍ਹਨਾ ਚਾਹੀਦਾ, ਬੱਚਿਆਂ ਨੂੰ ਆਪਣੇ ਲਿਟਰੇਚਰ ਦੇ ਨਾਲ ਜੋੜੋ, ਸ਼ਬਦ ਨਾਲ ਜੋੜੋ, ਅਤੇ ਇਹ ਜਿਹੀਆਂ ਚੀਜ਼ਾਂ ਟੇਕ ਅਵੇ ਆ। ਤੁਸੀਂ ਆਪਣੇ ਪੇਰੈਂਟਸ ਦਾ ਰਿਸਪੈਕਟ ਕਰਨੀ ਆ, ਤੁਸੀਂ ਇਹਨਾਂ ਨੂੰ ਉਹਨਾਂ ਦੀ ਤੁਸੀਂ ਉਹਨਾਂ ਨੂੰ ਪਿਆਰ ਕਰਨਾ ਵਾ, ਉਹਨਾਂ ਦਾ ਸਤਿਕਾਰ ਨਹੀਂ ਕਰਨਾ ਆਪਾਂ। ਜਿੰਨਾ ਪਿਆਰ ਕਰਾਂਗੇ ਤਾਂ ਉਹਨਾਂ ਉਹਨਾਂ ਨਾਲ ਇੰਗੇਜਮੈਂਟ ਹੋਏਗੀ ਤੁਹਾਡੀ। ਸੋ ਇਟਸ ਏ ਗੁੱਡ ਟੇਕ ਅਵੇ ਫਰੋਮ ਦਾ ਸ਼ੋਅ। ਟ੍ਰੇਲਰ ਦਿਖਾਉਂਦਾ ਨਾ ਫਿਲਮ ਵਾਂਗੂ, ਲੈ ਗੁੱਤ ਮਨਾ ਲਾ ਦੀ, ਤੇਰੇ ਨਾਲ ਵਿਆਹ ਨਾ ਕਰਾਉਂਦੀ ਮੈਂ। ਕੀ ਹੈਗੀ ਹੈ, ਉਹਨੂੰ ਪਹਿਲਾਂ ਸੋਚਿਆ ਸੀ ਕਿ 5-7 ਦਿਨ ਪਹਿਲਾਂ ਸੋਲਡ ਆਊਟ ਕਰਾਂਗੇ, ਪਰ ਟੋਰਾਂਟੋ ਵਾਲਿਆਂ ਨੇ ਉੱਤੇ 10 ਦਿਨ ਪਹਿਲਾਂ ਮੋਹਰ ਲਾਤੀ, 10 ਦਿਨ ਪਹਿਲਾਂ ਉਹਨੂੰ ਸੋਲਡ ਆਊਟ ਕੀਤਾ। ਸੋ ਅਸੀਂ ਇਹਦੇ ਲਈ, ਕਿਉਂਕਿ ਇੱਕ ਬਾਈ ਰਾਣਾ ਰਣਵੀਰ ਉਹਨਾਂ 'ਤੇ ਵਿਸ਼ਵਾਸ ਜਿਹੜਾ ਸਾਡਾ ਸੀਗਾ, ਬਾਈ ਉਹਨਾਂ ਨੇ ਕਿਹਾ ਕਿ ਤੁਹਾਡੇ ਪਿਆਰ ਦਾ ਮੁੱਲ ਤਾਂ ਨਹੀਂ ਅਸੀਂ ਮੋੜ ਸਕਦੇ, ਪਰ ਤੁਹਾਡੇ ਵਕਤ ਦਾ ਮੁੱਲ ਮੋੜਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਸੋ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ 2 ਘੰਟੇ ਸਾਡੇ ਸ਼ੋਅ ਦੇ ਲਈ ਤੁਸੀਂ ਕੱਢ ਕੇ ਆਏ ਹੋ, ਇਕੱਲਾ ਇਕੱਲਾ ਕਦਮ ਆਏ ਹੋ, ਉਹਦਾ ਅਸੀਂ ਵਕਤ ਦਾ ਮੁੱਲ ਮੋੜ ਸਕੀਏ ਜੀ। ਅਸੀਂ ਆਉਂਦੇ ਰਹਾਂਗੇ, ਅਸੀਂ ਆਉਂਦੇ ਰਹਾਂਗੇ, ਅਸੀਂ ਆਉਂਦੇ ਰਹਾਂਗੇ। ਥੈਂਕ ਯੂ, ਲਵ ਯੂ, ਲਵ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ ਭਾਅ ਜੀ, ਥੈਂਕ ਯੂ ਵੈਰੀ ਮੱਚ।